बहुत ही सत्कारयोग कच्चे मुलाजम साथीओ, कल दी रैली दे विच बहुत बड़ा प्रदर्शन जिहड़ा आपां पंजाब सरकार दे खिलाफ पंजाब दे लोकां नूं इह दसण लई कीता कि पंजाब सरकार सानू पक्के करन संबंधी झूठ बोल रही है। असल मुआइनियां दे विच सानू पक्का नहीं कीता जा रहा, सिर्फ टकवंज कीता जा रहा, इह गल कहण दे विच असीं कामयाब रहे हां। सो दोस्तों, तुसीं सही सलाम सारे अपने घरां नूं पहुंचे होवोंगे। रात असीं सारी रात ही बिजी रहे हैं, जिवें कहिंदे आ काम ही इन्ने सीगे। तो एक साथी अपने गुरप्रीत सिंह भोतना बरनाले तो अपने स्टेट के आगू ने गे, बहुत सुलझे हुए सियाने आगू ने। उन्हां दा एक्सीडेंट हो गया सी, सो उन्हां दे मूँह ते सट लगी हैगी, लुधियाने दाखिल ने फिलहाल। उंज ठीक ने, हो बाकी सारी गल ठीक है, मूँह ते उन्हां दी सट है, उहदा ट्रीटमेंट चलूगा, ठीक हो जाणगे। साडियां दवावां ते साडा हर पक्खों मदद रहूगी सारयां दी। अरदास करियो, आस करियो जल्दी ठीक होण। कल दे एक्शन दे विच पंजाब दियां मुलाजम किसान मजदूर जथेबंदियां सारियां भरातरी जथेबंदियां ने जिहड़ा साडा मना मुही साथ दित्ता, जिहदी कदे आस ही मतलब असीं सोच ही नहीं सकदे वी इन्ना कदे सानू साथ मिल सकदा सी, ओह साथ दित्ता, मतलब शब्दां च बयान नहीं हो सकदा सी, उहदा तहे दिलों धन्नवाद करदे आं पंजाब दियां सारियां भरातरी जथेबंदियां। और नाल ये भी आस रखते हैं भी सानू समय समय से साथ देंदे रहो, सानू अगे लोड़ पऊगी। पंजाब सरकार तो असी अपने स्केल बहाल कराने, अपनी पक्की भर्ती है जिहड़ी अपना रैगूलर दा जिहड़ा हैगा एजेंडा हैगा उह ते असी पहरा देवांगे। पंजाब सरकार अगे असी इह आप मंग नहीं रख रहे, सरकार ने सानू कहा सी भी असी तुहानू रैगूलर करन वास्ते पॉलिसी बनाई है, इस पॉलिसी के अकॉर्डिंग तुहानू असी रैगूलर करांगे 8736 नूं। उन्होंने हुण उहनू गिनती वधा घटा ली, साडे लई कोई प्रॉब्लम नहीं, वध कर ले, वध नूं पक्के करो, 8736 ने तां 8736 नूं पॉलिसी के मुताबिक रैगूलर करो। सो दोस्तों, अज तुहाडे लई अपना सुनेहा इह है भी इक तां जल्दी स्टेट कमेटी है जिहड़ी अनाउंसमेंट करूगी भी जिला हैडक्वार्टरां ते आपां अर्थी फूक मुजारे करने आ, ਉਹ ਕੱਲ੍ਹ ਨੂੰ 3 ਤਰੀਕ ਨੂੰ ਵੀ ਹੋ ਸਕਦੇ ਆ, 4-5 ਕਦੋਂ ਵੀ ਹੋ ਸਕਦੇ ਆ, ਸਟੇਟ ਬੋਡੀ ਮੈਸੇਜ ਦੇਊਗੀ। ਅੱਜ ਉਹ 'ਤੇ ਗੱਲਬਾਤ ਚੱਲ ਰਹੀ ਆ। ਅਰਥੀ ਫੂਕ ਮੁਜ਼ਾਰਿਆਂ ਦੇ ਵਿੱਚ ਤੁਸੀਂ ਭਰਮੀ ਸ਼ਮੂਲੀਅਤ ਕਰਨੀ ਆ, ਭਗਵੰਤ ਮਾਨ ਸਰਕਾਰ ਦਾ ਪੂਰਾ ਪਿੱਟ ਸਿਆਪਾ ਕਰਨਾ, ਜਿਵੇਂ ਸਾਡੀਆਂ ਮਹਿਲਾ ਅਧਿਆਪਕਾਂ 'ਤੇ ਸਾਡੇ ਸਾਰੇ ਅਧਿਆਪਕਾਂ 'ਤੇ ਲਾਠੀ ਚਾਰਜ ਕਰਕੇ ਵੱਡਾ ਤਸੱਦਦ ਕੀਤਾ ਪੰਜਾਬ ਸਰਕਾਰ ਨੇ। ਹਾਲਾਂਕਿ ਸਾਡੀ ਮੰਗ ਕੀ ਆ ਵੀ ਸਾਡੇ ਨਾਲ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਜੀ ਬੈਠਣ, ਜਿਹੜੀ ਗੱਲ ਉਹਨਾਂ ਨੇ ਕਹੀ ਸੀ ਉਹ ਅਸੀਂ ਉਹਨਾਂ ਨੂੰ ਸੁਣਾਉਣੀ ਆ, ਅਤੇ ਉਹਦੇ ਆਧਾਰ 'ਤੇ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡੀ ਮੰਗ ਇੰਨੀ ਕਰ। ਸੋ ਆਪਣਾ ਇਹ ਲਗਾਤਾਰ ਐਕਸ਼ਨ ਚੱਲੂਗਾ ਜੀ। ਹੁਣ ਬਹੁਤ ਸਾਰੇ ਸਾਥੀ ਆਈ ਵੀ ਦੇ ਸਾਥੀ ਨੇ ਜਿਹੜੇ ਉਹ ਕਨਫਿਊਜ਼ ਹੁੰਦੇ ਨੇ, ਉਹਨਾਂ ਨੂੰ ਐਂ ਹੁੰਦਾ ਵੀ ਸਾਡੀ ਗੱਲ ਕਿਤੇ ਹੈ ਜਾਂ ਨਹੀਂ। ਦੇਖੋ, ਇਹ ਗੱਲ ਤਨਖਾਹ ਵਾਧੇ ਦੀ ਨਹੀਂ ਹੈਗੀ, ਆਹ ਜਿਹੜੀ ਤਪੱਸਿਆ ਚੱਲ ਰਹੀ ਹੈ, ਐਕਸ਼ਨ ਚੱਲ ਰਿਹਾ, ਮੌਤ ਜਿਉਣ ਮੌਤ ਮਰਨ ਦੀ ਕਹਾਣੀ ਚੱਲੀ ਜਾਂਦੀ ਹੈ ਜਿਹੜੀ, ਇਹ ਤੋਂ ਇਹ ਸਾਨੂੰ ਇੱਕ ਪਾਸੇ ਲਾਊਗੀ, ਤਨਖਾਹਾਂ ਦੇ ਵਾਧੇ ਵਾਲੇ ਪਾਸੇ ਨਹੀਂ ਲੱਗਣਾ ਅਸੀਂ। ਤਨਖਾਹਾਂ ਦੇ ਵਾਧੇ ਤਾਂ ਜਿਹੜੇ ਹੋ ਗਏ, ਜੇ 'ਚ 2000 ਹੋਰ ਜੁੜ ਜੂ ਫੇਰ ਕਿਹੜਾ ਅਸੀਂ ਅਸਮਾਨ 'ਤੇ ਚੜ੍ਹ ਜਾਂਗੇ। ਗੱਲ ਸਾਡੀ ਸਕੇਲ ਦੀ ਆ, ਸਕੇਲ 8736 'ਤੇ ਲਾਗੂ ਕਰਨ ਦੀ ਹੈ, ਅਤੇ 8736 ਦੇ ਵਿੱਚ ਸਾਰੇ ਹੀ ਹੋ, ਫਿਰ ਕੋਈ ਗੱਲ ਟੁੱਟੀ ਨਹੀਂ ਗਈ ਪਿੱਛੇ, ਹੈ ਨਾ। ਸੋ ਦੋਸਤੋ, ਪੇ ਸਕੇਲ ਲੈਣ ਦੀ ਗੱਲ ਆ, ਜੇ ਪੇ ਸਕੇਲ ਲੈ ਕੇ ਨਾ ਗਏ ਫਿਰ ਕੁਛ ਨਹੀਂ ਲੈ ਕੇ ਗਏ, ਫਿਰ ਕੁਛ ਕੋਈ ਫਾਇਦਾ ਨਹੀਂ। ਹੁਣ ਤੁਸੀਂ 3 ਤਰੀਕ ਨੂੰ ਆਪਣੇ ਸਕੂਲਾਂ 'ਚ ਜਾਓਗੇ, ਜਿਹੜਾ ਤੁਸੀਂ ਇੱਥੇ ਸਰਕਾਰ ਦਾ ਪਿੱਟ ਸਿਆਪਾ ਕਰਕੇ ਗਏ ਹੋ, ਪਹਿਲੀ ਗੱਲ ਤਾਂ ਇਹ ਵਧਾਈ ਦੇ ਪਾਤਰੋਂ, ਤੁਸੀਂ 3 ਤਰੀਕ ਨੂੰ ਸਕੂਲਾਂ 'ਚ ਸਿਰ ਉੱਚਾ ਕਰਕੇ ਜਾਣ ਦੇ ਕਾਬਲ ਹੋਵੋਗੇ। ਹੁਣ ਸਕੂਲਾਂ 'ਚ ਬੈਠ ਕੇ ਆਪਦੇ ਤਜਰਬੇਕਾਰ ਅਧਿਆਪਕਾਂ ਦੇ ਨਾਲ, ਰੈਗੂਲਰ ਅਧਿਆਪਕਾਂ ਦੇ ਨਾਲ ਇਹ ਗੱਲਾਂ ਡਿਸਕਸ ਕਰਿਓ, ਪੇ ਸਕੇਲ ਕੀ ਹੁੰਦਾ, ਬੇਸਿਕ ਪੇ ਕੀ ਹੁੰਦੀ ਆ, ਜਦੋਂ ਬੰਦੇ ਨੂੰ ਬੇਸਿਕ ਪੇ ਮਿਲ ਜੇ ਉਹ 'ਤੇ ਗਾਹਾਂ ਅੱਗੇ ਕੀ ਲਾਭ ਮਿਲਦੇ ਹੁੰਦੇ ਨੇ। ਤੁਹਾਨੂੰ 23,500 ਆਟੇ 'ਚ ਨੂਣ ਬਰਾਬਰ ਲੱਗਣ ਲੱਗ ਜੂਗੀ, 23,500, 18,000, 15,000, 20,000, 22,000, ਇਹ ਤੁਹਾਨੂੰ ਆਟੇ 'ਚ ਲੂਣ ਬਰਾਬਰ ਲੱਗੂਗਾ। ਅਸੀਂ ਤਨਖਾਹ ਵੱਧ ਨਹੀਂ ਮੰਗਦੇ ਸਰਕਾਰ ਤੋਂ, ਇਹ ਗੱਲ ਯਾਦ ਰੱਖੋ। ਅਸੀਂ ਕਹਿੰਦੇ ਹਾਂ 23,500 ਹੀ ਸਕੇਲ ਬੰਨ ਦਿਓ ਸਾਡਾ ਸਾਰਿਆਂ ਦਾ, ਇਹਦੇ ਵਿੱਚੋਂ ਵੀ 10% ਕੱਟ ਕੇ ਸਾਡੇ ਖਾਤਿਆਂ 'ਚ ਪਾ ਦਿਓ। ਮੈਂ ਗੱਲਾਂ ਵਾਰ ਵਾਰ ਕਰੂੰਗਾ ਤੁਹਾਡੇ ਨਾਲ, ਰੋਜ਼ ਕਰੂੰਗਾ ਵੀ ਤੁਸੀਂ ਭੁੱਲੋ ਨਾ, ਤੁਹਾਡੇ ਜ਼ਿਹਨ 'ਚ ਰਹਿਣ। ਫਿਰ ਦੇਖੋ, ਜਦੋਂ 3 ਸਾਲਾਂ ਨੂੰ ਪ੍ਰਵੇਸ਼ਨ ਪੂਰਾ ਹੋਣ ਤੋਂ ਵੱਧ ਤੁਹਾਡੇ 'ਤੇ 36% DA ਲੱਗਦਾ ਹੈ, ਤੁਹਾਡੇ 'ਤੇ ਸਾਰੇ ਪੱਤੇ ਲੱਗਦੇ ਨੇ, ਤੁਸੀਂ ਕਿੱਥੇ ਪਹੁੰਚਦੇ ਹੋ, ਤੁਹਾਡੀ ਸਿਕਿਉਰਿਟੀ ਬਣਦੀ ਆ। ਸਿੱਧੇ ਸ਼ਬਦਾਂ 'ਚ ਕਹੂੰਗਾ, ਮੈਂ ਨੌਕਰੀ ਕਰਦੇ ਕਰਦੇ ਅਣਹੋਣੀ ਹੋ ਜੇ, ਤੁਹਾਡੀ ਮੌਤ ਹੋ ਜੇ, ਤੁਹਾਡੇ ਬੱਚਿਆਂ ਦਾ ਬਾਲੀ ਵਾਰਸ ਕੋਈ ਨਹੀਂ ਹੈਗਾ ਜੇ ਤੁਸੀਂ ਪੇ ਸਕੇਲ ਦੇ ਅੰਡਰ ਭਰਤੀ ਨਹੀਂ ਹੁੰਦੇ। ਅੱਜ ਅਸੀਂ ਇਸ ਉਮਰ 'ਚ ਬੈਠੇ ਹਾਂ ਦੋਸਤੋ,
ਵੀ ਸਾਨੂੰ ਸਿਰਫ ਆਪਦੀ ਨਹੀਂ ਆਪਦੀ ਉਮਰ ਲੰਘਾਉਣ ਦਾ ਫਿਕਰ ਨਹੀਂ ਰਿਹਾ ਹੁਣ ਅਸੀਂ 11,000 ਤੇ 20,000 ਤੇ 30,000 ਤੇ ਆਪਦੀ ਜ਼ਿੰਦਗੀ ਬਸਰ ਕਰਨੀ ਸਿੱਖ ਚੁੱਕੇ ਹਾਂ ਲੰਘਾ ਚੁੱਕੇ ਹਾਂ ਸਾਡੀ ਜ਼ਿੰਦਗੀ ਦਾ ਮੁੱਖ ਮਕਸਦ ਹੁਣ ਜਿਹੜੀ ਰਹਿੰਦੀ ਹੈ ਇਹਦਾ ਮਕਸਦ ਹੈ ਸਾਡੇ ਬੱਚਿਆਂ ਨੂੰ ਸਿਕਿਉਰਿਟੀ ਦੇਣੀ ਜਾਂ ਤਾਂ ਉਹਨਾਂ ਨੂੰ ਕਮਾਈ ਕਰਕੇ ਦੇਣੀ ਜਾਂ ਜੇ ਸਾਡੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਤਾਂ ਪੰਜਾਬ ਸਰਕਾਰ ਜਿਹਦੇ ਸਰਕਾਰ ਦੇ ਸੀ ਮੁਲਾਜ਼ਮ ਆ ਉਹ ਉਹਨਾਂ ਦੀ ਬਾਂਹ ਫੜੇ ਅਤੇ 23,500 ਨਾਲ ਅਸੀਂ ਇੰਨੀ ਕਮਾਈ ਨਹੀਂ ਕਰ ਸਕਦੇ ਵੀ ਸਾਡੇ ਬੱਚੇ ਅੱਗੇ ਵੱਧ ਸਕਣ ਪਰ ਜੇ ਕਦੇ ਜੇ ਅਸੀਂ ਕੰਟੀਨਿਊ ਜੋਬ ਕਰਦੇ ਹਾਂ ਸਕੇਲ 'ਚ ਤਾਂ ਅਸੀਂ ਆਪਦੇ ਬੱਚਿਆਂ ਨੂੰ ਚੰਗਾ ਪਾਲਣ ਪੋਸ਼ਣ ਦੇ ਸਕਦੇ ਹਾਂ ਆਪਦੀ ਬੁਢਾਪੇ ਵਾਲੀ ਜ਼ਿੰਦਗੀ ਚੰਗੀ ਲੰਘਾ ਸਕਦੇ ਹਾਂ ਜੇ ਸਾਡੇ ਨਾਲ ਬਾਈ ਚਾਂਸ ਹਾਦਸਾ ਹੋ ਜਾਵੇ ਤਾਂ ਪੰਜਾਬ ਸਰਕਾਰ ਇਹ ਸਰਕਾਰ ਦੇ ਰੂਲ ਨੇ ਜਿਹੜੇ ਇੱਕ ਮੁਲਾਜ਼ਮ ਦੇ ਲਈ ਹੁੰਦੇ ਨੇ ਉਹਨਾਂ ਦੇ ਆਧਾਰ 'ਤੇ ਸਾਡੇ ਬੱਚਿਆਂ ਦੀ ਬਾਂਹ ਫੜੀ ਜਾਵੇ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਦਫ਼ਤਰ ਦੇ ਵਿੱਚੋਂ ਜਿਹੜੇ ਅਧਿਕਾਰੀਆਂ ਨੇ ਪੋਲਿਸੀ ਦੇ ਵਿੱਚ ਆਪਣਾ ਹੱਥ ਵਟਾਇਆ ਸੀ ਉਹ ਬੰਦਿਆਂ ਦੀ ਗੱਲ ਹੈ ਵੀ ਜੇ ਪੋਲਿਸੀ ਲਾਗੂ ਨਾ ਹੋਈ ਇੱਕ ਵਾਰੀ ਉੱਕਣ ਬੁੱਕੀ ਤਨਖਾਹ ਮਿਲ ਗਈ ਕਦੇ ਵੀ ਤੁਸੀਂ ਸਕੇਲ ਦੇ ਆਧਾਰ 'ਤੇ ਰੈਗੂਲਰ ਨਹੀਂ ਹੋ ਸਕਦੇ ਜੇ ਕਿਸੇ ਦੇ ਮਨ 'ਚ ਇਹ ਭੁਲੇਖਾ ਵੀ ਅਸੀਂ 2-4 ਸਾਲਾਂ ਨੂੰ ਲੜਾਈ ਲੜ ਕੇ ਅੱਗੇ ਵੱਧ ਜਾਵਾਂਗੇ ਉਹ ਲੜਾਈ 'ਚੋਂ ਤੁਸੀਂ ਹਰ ਵੱਡੀ ਲੜਾਈ ਦੇ ਵਿੱਚੋਂ 1,000-2,000 ਰੁਪਇਆ ਤਨਖਾਹ ਕੱਢ ਲਓਗੇ ਪਰ ਤੁਹਾਨੂੰ ਕਦੇ ਵੀ ਸਰਕਾਰ ਉਹਦੇ ਐਂ ਨਹੀਂ ਕਹੂਗੀ ਵੀ ਚੱਲ ਤੁਹਾਡੀ ਅੱਜ ਦੀ ਤਨਖਾਹ ਨੂੰ ਅਸੀਂ ਸਕੇਲ 'ਚ ਬਦਲਦੇ ਹਾਂ 5% ਤੁਹਾਡਾ ਇੰਕਰੀਮੈਂਟ ਹਟਾ ਦਿੰਦੇ ਹਾਂ ਹੁਣ ਤੁਹਾਨੂੰ ਅਸੀਂ ਪ੍ਰਵੇਸ਼ਨ ਦੇ ਦਿੰਦੇ ਹਾਂ ਉਹਦੇ ਕਾਹਦੇ ਆਧਾਰ 'ਤੇ ਰੈਗੂਲਰ ਕਰੂਗੀ ਉਹਦੇ ਪੋਲਿਸੀ ਤਾਂ ਕੋਈ ਹੋਣੀ ਨਹੀਂ ਪੋਲਿਸੀ ਤਾਂ ਹੋਣੀ ਨਹੀਂ ਦੋਸਤੋ ਉਹਦੇ ਕੋਈ ਉਹਦੇ ਤਾਂ ਰੌਲ ਗੰਧੌਲ ਹੋ ਗਈ ਹੂ ਬੜਾ ਵੱਡਾ ਕੁਛ ਹੋ ਗਿਆ ਹੂ ਅੱਜ ਤੋਂ 1-2 ਸਾਲ ਬਾਅਦ ਇਹ ਉਹ ਮੁਲਾਜ਼ਮਾਂ ਦੇ ਕਹਿਣੇ ਦੀ ਗੱਲ ਹੈ ਜਿਨ੍ਹਾਂ ਨੇ ਪੋਲਿਸੀ ਦੇ ਵਿੱਚ ਹੱਥ ਵਟਾਇਆ ਹੈ ਚਲੋ ਮੈਂ ਇੱਥੇ ਇੱਕ ਧੁਰਾ ਬਣ ਕੇ ਬੈਠਾ ਮੇਰੇ ਕੋਲ ਬੜੀਆਂ ਗੱਲਾਂ ਪਹੁੰਚਦੀਆਂ ਨੇ ਮੇਰੇ ਕੋਲ ਇਹ ਸਾਬਾਸੇ ਵੀ ਪਹੁੰਚਦੀ ਹੈ ਵੀ ਪੁੱਤ ਬਹੁਤ ਵੱਡੀ ਗੱਲ ਕਰ ਰਹੇ ਹੋ ਜੇ ਅੱਜ ਤੁਸੀਂ ਇਹ ਗੱਲ ਲੈ ਗਈ ਤਾਂ ਪੰਜਾਬ ਦੇ 28-29,000 ਲੋਕਾਂ ਨੂੰ ਫਾਇਦਾ ਹੋਊਗਾ ਅਤੇ ਤੁਹਾਡੀ ਇਸ ਗੱਲ ਤੋਂ ਵੀ ਇੱਜ਼ਤ ਬਣੂਗੀ ਤੁਸੀਂ ਇਸ ਤਾਨਾ ਸਾਹ ਸਰਕਾਰ ਦੇ ਖਿਲਾਫ ਲੜੇ ਜਿਹੜੀ ਸਿਰਫ ਲਿਫਾਫੇਬਾਜ਼ ਹੈ ਜਿਹੜੀ ਸਿਰਫ ਇਸ਼ਤਿਹਾਰਾਂ ਦੇ ਵਿੱਚ ਹੈ ਜਿਹੜੀ ਸਿਰਫ ਐਲਾਨ ਦੇ ਵਿੱਚ ਹੈ ਜਿਹੜੀ ਇੰਨੀ ਤਾਨਾਸ਼ਾਹ ਬਣੀ ਹੈ ਜਿਹਦੀਆਂ ਪੋਲਿਸੀਆਂ ਜਿਹਦੀਆਂ ਨੀਤੀਆਂ ਜਿਹੜਾ ਸਾਰਾ ਕੁਛ ਦਿੱਲੀ ਤੋਂ ਲਾਗੂ ਹੁੰਦਾ ਅਸੀਂ ਉਹਦੇ ਖਿਲਾਫ ਹਿੱਕੜਾ ਕੇ ਖੜੇ ਹਾਂ ਅਤੇ ਖੜਦੇ ਰਹਾਂਗੇ ਪ੍ਰਸ਼ਾਸਨ ਨੂੰ ਵੀ ਮੇਰੀ ਚੇਤਾਵਨੀ ਹੈ ਤੁਹਾਡੇ ਕੋਲ ਮਸ਼ੀਨਰੀ ਕਰਨ ਬਹੁਤ ਹੈ ਤੁਹਾਡੇ ਕੋਲ ਪਾਵਰ ਬਹੁਤ ਹੈ ਤੁਸੀਂ ਮੈਨੂੰ ਇੱਥੋਂ ਆਪਦੇ ਮਸ਼ੀਨਰੀ ਕਰਨ ਦੀ ਜ਼ੋਰ ਪਾ ਕੇ ਇੱਥੋਂ ਕਿਵੇਂ ਨਾ ਕਿਵੇਂ ਕੈਪਚਰ ਕਰ ਸਕਦੇ ਹੋ ਪਰ ਮੈਨੂੰ ਘਰੇ ਨਹੀਂ ਭੇਜ ਸਕਦੇ ਜਿਉਂਦੇ ਨੂੰ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਮੈਨੂੰ ਤੁਸੀਂ ਘਰੇ ਜਿਉਂਦੇ ਨੂੰ ਭੇਜ ਨਹੀਂ ਸਕਦੇ ਅਸੀਂ ਆਪਦੀ ਮੰਗ 'ਤੇ ਪਹਿਰਾ ਦੇਣ ਲਈ ਆਖਰੀ ਸਾਹ ਤੱਕ ਲੜਾਈ ਲੜਾਂਗੇ ਜੇ ਸਾਡੇ ਲੋਕਾਂ ਦੇ ਭਲਾਈ ਲਈ ਸਾਡੇ ਇਸ ਭਵਿੱਖ ਲਈ ਸਰੀਰ ਵੀ ਕੁਰਬਾਨ ਕਰਨੇ ਪਏ ਸਾਡੇ ਲੋਕਾਂ ਨੂੰ ਉਹ ਤੋਂ ਵੀ ਪਿੱਛੇ ਨਹੀਂ ਹਟਦੇ ਅਸੀਂ ਕਿਉਂਕਿ ਸਾਡੇ ਇੱਜ਼ਤ ਮਾਣ ਸਤਿਕਾਰ ਦੀ ਗੱਲ ਹੈ ਅਤੇ ਇੱਜ਼ਤ ਮਾਣ ਸਤਿਕਾਰ ਤੋਂ ਵੱਡਾ ਕੁਛ ਨਹੀਂ ਹੁੰਦਾ ਸੋ ਲਾਸਟ ਸ਼ਬਦਾਂ ਦੇ ਵਿੱਚ ਮੇਰੀਆਂ ਉਹ ਭੈਣਾਂ ਉਹ ਵੀਰਾਂ ਨੂੰ ਬਹੁਤ ਲਾਲ ਸਲਾਮ ਜਿਨ੍ਹਾਂ ਨੇ ਵੱਡੀ ਲੜਾਈ ਲੜੀ ਕੱਲ੍ਹ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਤਸੱਦਦ ਝੱਲਿਆ ਡਾਂਗਾਂ ਸੋਟੀਆਂ ਖਾਧੀਆਂ ਜਿਹੜੇ ਸਾਡੇ ਜ਼ਖਮੀ ਸੀ ਉਹਨਾਂ ਲਈ ਦੁਆਵਾਂ ਨੇ ਉਹ ਵੀ ਠੀਕ ਹੋਣ ਅਗਲੀ ਲੜਾਈ ਦੇ ਵਿੱਚ ਇੱਦੋਂ ਵੀ ਵੱਡੇ ਜੋਸ਼ ਨਾਲ ਆਇਓ ਮੈਂ ਕਹਿਣਾ ਵੀ ਜਿਹੜੀ ਗੱਲ ਮੈਂ ਚਾਹੁੰਦਾ ਸੀ ਵੀ ਤੁਸੀਂ ਆਪਦੀਆਂ ਅੰਦਰਲੀਆਂ ਚੀਕਾਂ ਨੂੰ ਪ੍ਰਸ਼ਾਸਨ ਦੇ ਮੂਹਰੇ ਮੀਡੀਆ ਦੇ ਸਾਹਮਣੇ ਰੱਖਣੀਆਂ ਨੇਗੀਆਂ ਤੁਹਾਡੇ ਅੰਦਰ ਕੀ ਅੱਗ ਬਲ ਰਹੀ ਹੈ ਤੁਹਾਡੇ ਨਾਲ ਕੀ ਧੱਕਾ ਹੋ ਰਿਹਾ ਤੁਸੀਂ ਉਹਨੂੰ ਹਜੇ ਰੱਖਣ 'ਚ 25% ਕਾਮਯਾਬ ਹੋਏ ਹੋ 75% ਹਲੇ ਰਹਿੰਦਾ ਪੰਜਾਬ ਦੇ ਲੋਕਾਂ ਨੂੰ ਹਜੇ ਸਾਡੀਆਂ ਉਹ ਚੀਕਾਂ ਸੁਣੀਆਂ ਨਹੀਂ ਸਾਡੇ ਅੰਦਰ ਦੁੱਖ ਕੀ ਹੈ ਜਿਹੜਾ ਪੰਜਾਬ ਸਰਕਾਰ ਸਾਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਪੂਰੇ ਦੇਸ਼ ਦੇ ਵਿੱਚ ਢੰਡੋਰਾ ਪਿੱਟ ਰਹੀ ਹੈ ਅਸਲ ਦੇ ਵਿੱਚ ਪੱਕੇ ਨਹੀਂ ਕਰਿਆ ਸਾਨੂੰ ਇਹ ਅੰਦਰ ਸਾਡੇ ਅੰਦਰ ਕਿੰਨੀ ਗੱਲ ਅੱਗ ਬਲ ਰਹੀ ਹੈ ਇਹ ਗੱਲ ਨੂੰ ਤੁਸੀਂ ਕੱਢਣਾ ਹੈਗਾ ਸੋ ਅਗਲੇ ਐਕਸ਼ਨ ਦੇ ਵਿੱਚ ਪਹਿਲਾਂ ਤਾਂ ਹੁਣ ਆਰਥੀ ਬੁੱਕ ਮੁਜ਼ਾਰੇ ਹੋਣਗੇ ਐਕਸ਼ਨ ਦੇਊਗੀ ਸਟੇਟ ਬੋਡੀ ਨੋਟ ਕਰਾਊਗੀ ਸੋ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੱਟ ਸਿਆਪਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਝੂਠੇ ਬੰਦੇ ਦੀ ਆਰਥੀ ਫੂਕਣੀ ਆ ਉਹ ਕਿਹੜੀ ਤਰੀਕ ਨੂੰ ਫੂਕਣੀ ਆ ਉਹ ਸਟੇਟ ਬੋਡੀ ਮੈਸੇਜ ਲਾਊਗੀ ਅਗਲੇ ਐਕਸ਼ਨ ਵੀ ਆਪਣੇ ਇਦੋਂ ਵੱਡੇ ਹੁੰਦੇ ਰਹਿਣਗੇ ਜਿੰਨਾ ਚਿਰ ਮੰਗ ਪੂਰੀ ਨਹੀਂ ਹੁੰਦੀ ਐਕਸ਼ਨ ਹੁੰਦੇ ਰਹਿਣਗੇ ਆਹ ਟੈਂਕੀ ਵਾਲਾ ਐਕਸ਼ਨ ਚੱਲਦਾ ਰਹੂਗਾ ਮੈਂ ਤੁਹਾਨੂੰ ਇਹ ਵੀ ਦੱਸਤਾ ਵੀ ਜੇ ਸਰਕਾਰ ਨੇ ਆਪਦਾ ਮਸ਼ੀਨਰੀ ਕਰਨ ਲਾ ਕੇ ਆਪਦੀਆਂ ਪੂਰੀਆਂ ਤਾਕਤਾਂ ਲਾ ਕੇ ਸਾਡੇ ਇਸ ਐਕਸ਼ਨ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰੀ ਤਾਂ ਵੀ ਸਾਡੇ ਹੌਸਲੇ ਬੁਲੰਦ ਰਹਿਣਗੇ ਅਸੀਂ ਇਸ ਪ੍ਰਾਪਤੀ ਤੋਂ ਬਿਨਾਂ ਸਿੱਧੇ ਘਰੇ ਜਾਣਾ ਨਹੀਂ ਸਰਕਾਰ ਜ਼ਿੰਮੇਵਾਰ ਹੋਊਗੀ ਸਾਡੀਆਂ ਮੌਤਾਂ ਦਾ ਸਾਡੇ ਮਤਲਬ ਹੋਣ ਵਾਲੇ ਘਾਣ ਦਾ ਸਰਕਾਰ ਜ਼ਿੰਮੇਵਾਰ ਹੋਊਗੀ ਇਹ ਚੇਤਾਵਨੀ ਹੈ ਸਿੱਧੀ ਅਤੇ ਮੈਂ ਆਪਣੇ ਭਰਾਵਾਂ ਨੂੰ ਫਿਰ ਬੇਨਤੀ ਕਰੂੰਗਾ ਅੱਜ ਵੀ ਮੈਦਾਨ 'ਚ ਆ ਜਾਓ ਹੁਣ ਪਿੱਛੇ ਕੁਛ ਨਹੀਂ ਰਿਹਾ ਹੁਣ ਉਹ ਛੋਟੀਆਂ ਮੋਟੀਆਂ ਗੱਲਾਂ ਛੱਡਣ ਦਾ ਸਮਾਂ ਆ ਗਿਆ ਜਿਨ੍ਹਾਂ ਨਾਲ ਸਾਡੀਆਂ ਤਕਰਾਰਬਾਜ਼ੀਆਂ ਵੱਜਦੀਆਂ ਹੁੰਦੀਆਂ ਨੇ ਹੁਣ ਇੱਕ ਮੰਚ 'ਤੇ ਉਸ ਤਰੀਕੇ ਨਾਲ ਇਕੱਠੇ ਹੋਣ ਦਾ ਸਮਾਂ ਆ ਗਿਆ ਜਿੱਥੋਂ ਇਕੱਠੇ ਹੋ ਕੇ ਤੁਸੀਂ ਪੰਜਾਬ ਸਰਕਾਰ ਨੂੰ ਲਲਕਾਰ ਮਾਰੋ ਅਤੇ ਇਹ ਕਹੋ ਵੀ ਤੁਸੀਂ ਸਾਨੂੰ ਸ਼ਬਦਾਂ 'ਚ ਭੁਲਾ ਲੁਭਾ ਰੱਖਿਆ ਸੀ ਅਸੀਂ ਉਹ ਸ਼ਬਦਾਂ 'ਚ ਨਹੀਂ ਲੁਭਣਾ
ਸੋ ਮੇਰੀ ਜਿਹੜੇ ਸਾਥੀ ਹੁਣ ਸਾਡੇ ਬਹੁਤ ਸਾਰੇ ਸਾਥੀ ਕੱਲ੍ਹ ਜਿਹੜੇ ਸਾਡੇ ਵਿਚਾਰਾਂ ਦੀ ਤਕਰਾਰਬਾਜ਼ੀ ਹੁੰਦੀ ਸੀ ਉਹ ਦੁਬਾਰੇ ਜੁੜੇ ਨੇ ਨਾਲ ਆ ਕੇ ਉਹਨਾਂ ਨੇ ਹੰਭਲਾ ਵੀ ਵੱਡਾ ਮਾਰਿਆ ਉਹਨਾਂ ਨੂੰ ਵੀ ਸਲਾਮ ਹੈ ਅਤੇ ਉਹ ਅੱਗੇ ਵੀ ਕੰਟੀਨਿਊ ਰਹਿਣਗੇ ਸਾਡੇ ਨਾਲ ਅਸੀਂ ਲੜਾਈ ਨੂੰ ਜਿੱਤਾਂਗੇ ਜਿਹੜੇ ਸਾਡੇ ਸਾਥੀ ਹਲੇ ਵੀ ਨਹੀਂ ਆਏ ਮੇਰੀ ਉਹਨਾਂ ਨੂੰ ਹਲੇ ਵੀ ਹੱਥ ਬੰਨ ਕੇ ਬੇਨਤੀ ਆ ਵੀ ਇੱਕਜੁੱਟ ਹੋ ਕੇ ਲੜਾਈ ਲੜੋ ਤੁਹਾਨੂੰ ਰੋਕਣ ਵਾਲੇ ਹੋਣਗੇ ਇੱਕ ਦੋ ਮੈਨੂੰ ਪਤਾ ਹੈ ਰੋਕਣ ਵਾਲੇ ਹੁੰਦੇ ਨੇ ਇੱਥੇ ਜੇ ਇਹ ਸੁੱਚਿਆਂ ਦੀ ਜਿਉਣਿਆਂ ਦੀ ਧਰਤੀ ਹੈ ਤਾਂ ਡੋਗਰਾਂ ਦੀ ਧਰਤੀ ਵੀ ਹੈਗੀ ਆ ਜੇ ਸੁੱਚੇ ਸੂਰਮਿਆਂ ਦੀ ਧਰਤੀ ਹੈ ਤਾਂ ਉਹਦੇ ਉਹੇ ਜੇ ਖਲਨਾਇਕ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਸੀਗੇ ਉਦੋਂ ਉਹਨਾਂ ਦੀ ਵੀ ਧਰਤੀ ਹੈ ਇਹ ਸੋ ਦੋਸਤੋ ਚੰਗੇ ਪੱਖ ਨੂੰ ਦੇਖ ਕੇ ਆਪਦੀ ਸਮਝ ਤੋਂ ਕੰਮ ਲਓ ਜਿਹੜੇ ਰੋਕਣ ਵਾਲੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਪਾਸੇ ਕਰੋ ਅਤੇ ਇਸ ਮੈਦਾਨ ਨੂੰ ਮੰਨ ਲਓ ਅਤੇ ਆਪਾਂ ਜੰਗ ਜਿੱਤੀਏ ਪੰਜਾਬ ਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 8736 ਕੱਚੇ ਮੁਲਾਜ਼ਮਾਂ ਦੀ ਇੱਜ਼ਤ ਨੂੰ ਬਹਾਲ ਕਰੀਏ ਸੋ ਕੱਲ੍ਹ ਵਾਲੀਆਂ ਬਹੁਤ ਸਾਰੀਆਂ ਖਬਰਾਂ ਵਗੈਰਾ ਨੇ ਉਹਨਾਂ ਨੂੰ ਤੁਸੀਂ ਅੱਗੇ ਸੋਸ਼ਲ ਮੀਡੀਆ 'ਤੇ ਪੇਸ਼ ਕਰੋ ਲਾਸਟ ਗੱਲ ਮੇਰੀ ਇਹ ਆ ਵੀ ਗਰੁੱਪਾਂ ਦੇ ਵਿੱਚ ਆਮ ਕੇਡਰ ਲੜਾਈ ਛੱਡ ਦੇ ਆਮ ਕੇਡਰ ਦੀ ਲੜਾਈ ESA ISTR ਐਜੂਕੇਸ਼ਨ ਪ੍ਰੋਵਾਈਡਰ ਦਫ਼ਤਰੀ ਕਰਮਚਾਰੀ IEBA ਸਾਰੇ ਆਮ ਕੇਡਰ ਲੜੀ ਜਾਂਦਾ ਗਰੁੱਪਾਂ 'ਚ ਨਾ ਤਾਂ ਸਾਨੂੰ ਪਤਾ ਲੱਗਦਾ ਕਿਉਂ ਲੜੀ ਜਾਂਦਾ ਅਤੇ ਆਗੂਆਂ ਨੂੰ ਇਸ ਗੱਲ 'ਤੇ ਮੈਂ ਬੇਨਤੀ ਕਰੂੰ ਕਿਸੇ ਨੂੰ ਟਿੱਪਣੀ ਕਰਨ ਦੀ ਲੋੜ ਨਹੀਂ ਲੜੀ ਜਾਂਦੇ ਆ ਲੜੀ ਜਾਣ ਦਿਓ ਇਹਨਾਂ ਦਾ ਤਾਂ ਕੰਮ ਹੀ ਇਹ ਆ ਸੋ ਜੇ ਆਪਾਂ ਆਗੂਆਂ ਨੇ ਇਸ ਵਿਸ਼ੇ 'ਤੇ ਕੁਛ ਗੱਲ ਬੋਲਤੀ ਤਾਂ ਵਧੀਆ ਨਹੀਂ ਲੱਗਦੀ ਹੁੰਦੀ ਇਹ ਤਾਂ ਜੇ ਹੁਣ ਸਕੂਲ 'ਚ ਕੋਈ ਲੜਿਆ ਹੋਇਆ ਉਹਨੂੰ ਪੰਜਾਬ ਦਾ ਮਸਲਾ ਬਣਾਈ ਜਾਂਦੇ ਰਹਿੰਦੇ ਨੇ ਹਾਲਾਂਕਿ ਆਪਣੇ ਇਹ ਮਸਲੇ ਨਹੀਂ ਹੈਗੇ ਲੜਾਈ ਦੇ ਆਪਾਂ ਸੰਜਮ ਨਾਲ ਅੱਗੇ ਵਧੀਆ ਤਰੀਕੇ ਨਾਲ ਚੱਲਣਾ ਸਾਰੇ ਲੋਕਾਂ ਦਾ ਭਲੇ ਕਰਨ ਦੀਆਂ ਗੱਲਾਂ ਸੋਚਣੀਆਂ ਨੇਗੀਆਂ ਸੋ ਕਦਮ ਨਾਲ ਕਦਮ ਲਾ ਕੇ ਚੱਲੋ ਅੱਗੇ ਵਧਾਈਏ ਲੜਾਈ ਨੂੰ ਜਿਹੜੀਆਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਨੇ ਉਹਨਾਂ ਨੂੰ ਅੱਗੇ ਵਧਾਓ ਨਾ ਕਿ ਲੜਾਈ ਵਾਲੀਆਂ ਗੱਲਾਂ ਨੂੰ ਅੱਗੇ ਵਧਾਉਣਾ ਉਹਨਾਂ ਨੂੰ ਤੁਸੀਂ ਆਪਣੇ ਫੇਸਬੁੱਕ ਪੇਜ ਤੋਂ ਯੂਟਿਊਬ ਚੈਨਲ ਤੋਂ 10-10 ਵਾਰੀ 20-20 ਵਾਰੀ ਅੱਗੇ ਪੇਸ਼ ਕਰੋ ਅੱਜ ਸਾਡੀ ਗੱਲ ਆਪਣੀ ਗੱਲ ਨੂੰ ਅੱਗੇ ਵਧਾਉਣ ਦੇ ਪਲੇਟਫਾਰਮਾਂ ਤੋਂ ਅਸੀਂ ਅੱਗੇ ਵਧਾਉਣਾ ਹੈ ਅਸੀਂ ਪਿੱਛੇ ਨਹੀਂ ਹਟਣਾ ਆਪਣੇ ਮੋਬਾਈਲਾਂ ਦੀ ਵਰਤੋਂ ਕਰੋ ਆਪਣੇ ਸੰਗੀ ਸਾਥੀਆਂ ਦੀ ਹੈਲਪ ਲਵੋ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਵੱਡੀ ਹੋ ਜਾਂਦੀ ਹੈ ਇਸ ਕਰਕੇ ਮਾਫ਼ ਕਰਿਓ ਗੱਲ ਰੱਖਣੀ ਪੈਂਦੀ ਹੈ ਸਾਨੂੰ ਮੈਂ ਰੋਜ਼ ਚੀਂ ਚਿਹਾੜੇ ਨਾਲ ਤੁਹਾਡੇ ਸਾਹਮਣੇ ਪੇ ਸਕੇਲ ਦੀ ਗੱਲ ਰੱਖੂੰਗਾ ਤੁਹਾਨੂੰ ਰੋਜ਼ ਯਾਦ ਕਰਾਊਂਗਾ ਕੱਲ੍ਹ ਨੂੰ ਸਕੂਲ 'ਚ ਜਾ ਕੇ ਪੇ ਸਕੇਲ ਕੀ ਹੁੰਦਾ ਉਹ 'ਤੇ ਡਿਟੇਲ ਚਰਚਾ ਕਰਿਓ ਧੰਨਵਾਦ।